ਸੋ ਡਾਕੂਆਂ ਦਾ ਮੁੰਡਾ 2 ਦੇ ਫਸਟ ਸਕਰੀਨਿੰਗ ਤੋਂ ਬਾਹਰ ਆਇਆ ਸਿਨੇਮੇ ਚੋਂ ਬਾਹਰ ਆਉਂਦੇ ਸਾਰੀ ਸ਼ਰਾਰਤੀ ਤੱਤ ਦੀ ਗੱਲ ਕੀਤੀ ਜਾ ਰਹੀ ਹੈ ਸੋ ਬਾਈ ਮੰਗਾ ਟਵਾਲ ਜਿਨ੍ਹਾਂ ਦੀ ਬਾਇਓਪਿਕ ਬਣੀ ਉਹਨਾਂ ਨਾਲ ਖੜੇ ਆ ਤੇ ਹੋਰ ਵੀ ਕੈਰੈਕਟਰ ਨੇ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਭ ਤੋਂ ਪਹਿਲਾਂ ਤਾਂ ਪੁੱਛਣਾ ਚਾਹੂੰਗਾ ਕਿ ਖੁਦ ਮੂਵੀ ਦੇਖ ਕੇ ਅੱਜ ਪਰਦੇ ਤੇ ਕਿਦਾਂ ਦੀ ਲੱਗੀ ਫਿਲਮ ਬਹੁਤ ਸੋਹਣੀ ਆ ਮਤਲਬ ਬਹੁਤ ਵਧੀਆ ਫਿਲਮ ਹੈ ਉਸ ਲਾਈਫ ਨੂੰ ਜਿੰਨੇ ਕਾਲਜਾਂ 'ਚ ਮੈਂ ਪੜਿਆ ਜਿੰਨੇ ਸਕੂਲਾਂ 'ਚ ਪੜਿਆ ਜੋ ਜ਼ਿੰਦਗੀ ਖਿਲਰੀ ਹੋਈ ਸੀ ਬੁੱਕ 'ਚ ਸੀ ਉਹ ਇਸ ਤੋਂ ਵਧੀਆ ਨਹੀਂ ਸਮੇਟੀ ਜਾ ਸਕਦੀ ਜੇ ਕੋਈ ਜ਼ੋਰ ਲਾਵੇ ਹੈ ਨਾ ਮੈਨੂੰ ਜੇ ਕਿਉਂਕਿ ਜਿਹੜੇ ਬੰਦੇ ਨਾਲ ਬੀਤੀ ਹੋਈ ਆ ਜਿਹੜੇ ਉਹ ਸਕੂਲ 'ਚ ਗਿਆ ਜਿਹੜੇ ਉਹ ਬਿਲਡਿੰਗਾਂ ਸੀ ਹੈ ਨਾ ਮੈਂ ਤਾਂ ਉਹ ਕਹਿ ਸਕਦਾ ਕਿ ਐਂ ਜੇ ਕਰ ਲੈਂਦੇ ਐਂ ਜੇ ਕਰ ਲੈਂਦੇ ਪਰ ਇਸ ਤੋਂ ਵਧੀਆ ਫਿਲਮ ਨਹੀਂ ਬਣ ਸਕਦੀ ਉਸ ਜ਼ਿੰਦਗੀ 'ਤੇ ਜਾਂ ਤਾਂ ਵੈੱਬ ਸੀਰੀਜ਼ ਬਣਾਉਣੀ ਪਊਗੀ ਜਾਂ ਫਿਰ ਉਹ ਮਨਦੀਪ ਬਾਈ ਜਿਹੜਾ ਡਾਇਰੈਕਟਰ ਆ ਹੈ ਨਾ ਜਾਂ ਉਹਦਾ ਕਮਾਲ ਆ ਕਿ ਉਹਨੇ ਇਹ ਸਮੇਟ ਤੀ ਫਿਲਮ ਅਤੇ ਇੰਨੀ ਇੰਟਰਸਟਿੰਗ ਬਣਾ ਤੀ ਕਿ ਆਪਾਂ ਉਹ 2 ਘੰਟੇ ਤੋਂ ਉੱਪਰ ਫਿਲਮ ਹੈ ਨਾ ਅਤੇ ਆਪਾਂ ਬੈਠੇ ਰਹੇ ਐਂ ਸੁਣ ਸੁਣਾਏ ਹੋਏ ਬਾਈ ਤੁਹਾਡੀ ਆਪਣੀ ਬਾਇਓਪਿਕ ਕਹਿ ਜੇ ਗੱਲ ਕੀਤੀ ਜਾਵੇ ਖੁਦ ਲਿਖੀ ਹੈ ਜਿੱਦਾਂ ਫਿਲਮ ਦਿਖਾਈ ਗਈ ਹੈ ਵਾਕਈ ਉਹਦਾ ਸੱਚ ਦੀ ਅੱਜ ਮੰਗਾ ਬਾਈ ਬਿਲਕੁਲ ਸੁਧਰ ਚੁੱਕਿਆ ਫਿਲਮ ਤੋਂ ਅਲੱਗ ਹੈ ਹਾਂ ਇਹ ਤਾਂ 100% ਸੱਚ ਹੈ ਕਿ ਮੈਨੂੰ 6 ਸਾਲ ਹੋ ਗਏ ਪਿਛਲੀ 19 ਅਪ੍ਰੈਲ ਨੂੰ ਕਿ ਮੈਂ ਸਹੀ ਹਾਂ ਅਤੇ ਫਿਲਮ 'ਚ ਥੋੜ੍ਹਾ ਬਹੁਤਾ ਫਿਕਸ਼ਨ ਹੈ ਜਿਹੜੇ ਐਕਸ਼ਨ ਜਾਂ ਲੈ ਕੇ ਹੈ ਨਾ ਅਤੇ ਜਿਵੇਂ ਅਸੀਂ ਹੁੰਦੇ ਸੀ ਹੈ ਨਾ ਉਹ ਮੇਰੀ ਵਾਈਫ ਦੱਸ ਸਕਦੀ ਹੈ ਕਿ ਹਾਂ ਦੇਵ ਬਿਲਕੁਲ ਉਵੇਂ ਲੱਗ ਰਿਹਾ ਦੇਵ ਬਾਈ ਨੇ ਆਹ ਕਮਾਲ ਕਰੀ ਆ ਯਾਰ ਹੈ ਨਾ ਵੀ ਉਹ ਬੰਦਾ ਕਿਵੇਂ ਇੱਕ ਉਸ ਕਰੈਕਟਰ ਨੂੰ ਫੜ ਕੇ ਕਿਤਾਬ ਪੜ੍ਹ ਕੇ ਅਤੇ ਮੇਰੇ ਨਾਲ ਗੱਲਾਂ ਕਰਕੇ ਉਹ ਕਿਵੇਂ ਵੜ ਸਕਦਾ ਉਹ 'ਚ ਉਹ ਮਤਲਬ ਬਾ ਕਮਾਲ ਹੈ ਹੈ ਨਾ ਅਤੇ ਬਾਕੀ ਇਹ ਬਾਈ ਜੀ ਹੈ ਨਾ ਜਿਹੜੇ ਜਿਹੜਾ ਉਹ ਗੁਰਮੀ ਗੱਲ ਕਰਨ ਲੱਗਿਆ ਸੀ ਮੈਂ ਕਿਹਾ ਬਾਈ ਜੀ ਤੁਹਾਡੇ ਨਾਲ ਉੱਥੇ ਮੂਵੀ 'ਤੇ ਵੀ ਕੌਣ ਨੇ ਬਾਈ ਜੀ ਇਹਨਾਂ ਦਾ ਵੀ ਸਾਡੇ ਜਾਣ ਪਛਾਣ ਅਸਲ 'ਚ ਇਹ ਬਾਈ ਜੀ ਸੰਦੀਪ ਬੜਬਰ ਜਿਹੜਾ ਚੌਥਾ ਦੋਸਤ ਹੈ ਮੂਵੀ ਦੇ ਵਿੱਚ ਕਰੈਕਟਰ ਆਇਆ ਸੀ ਹਾਂ ਉਹ ਅਸਲ 'ਚ ਇਹ ਨੇ ਅਤੇ ਅਸੀਂ ਮਤਲਬ 25 ਸਾਲ ਤੋਂ 24-25 ਸਾਲ ਤੋਂ ਇਕੱਠੇ ਹਾਂ ਹਰ ਗਲਤ ਕੰਮ 'ਚ ਅਤੇ ਮੁੜ ਕੇ ਹੁਣ ਸਹੀ ਵੀ ਇਕੱਠੇ ਹਾਂ ਮੂਵੀ ਦਾ ਐਕਸਪੀਰੀਅੰਸ ਜਿਹੜਾ ਕਿੱਦਾਂ ਦਾ ਰਿਹਾ ਅੱਜ ਮੂਵੀ ਦੇਖੀ ਆਪਾਂ ਮੂਵੀ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਹੈ ਨਾ ਜੀ ਬੰਨ ਕੇ ਰੱਖਿਆ ਦੇਵ ਖਰੋੜ ਬਾਈ ਦੀ ਐਕਟਿੰਗ ਬਾ ਕਮਾਲ ਸੀਗੀ ਹੈ ਨਾ ਮਤਲਬ ਮੈਂ ਬੈਠਾ ਮਹਿਸੂਸ ਕਰ ਰਿਹਾ ਸੀ ਜਦੋਂ ਜਿਵੇਂ ਉਹ ਐਕਟ ਕਰ ਰਿਹਾ ਸੀ ਨਾ ਤਾਂ ਮੈਨੂੰ ਆਪਣਾ ਪੁਰਾਣਾ ਟਾਈਮ ਮਤਲਬ ਮੈਨੂੰ ਯਾਦ ਆ ਰਿਹਾ ਸੀਗਾ ਯਾਰ ਵੀ ਇੱਦਾਂ 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 ਹੈ ਨਾ ਸਾਰਾ ਮਤਲਬ ਬਾ ਕਮਾਲ ਸੀ ਹੈ ਨਾ ਅਤੇ ਜਿਹੜਾ ਕਿਆ ਕਹਿੰਦਾ ਵੀ ਗਲਤ ਕੰਮਾਂ 'ਚ ਸਾਥ ਦਿੱਤਾ ਅੱਜ ਸਹੀ ਕੰਮਾਂ 'ਚ ਵੀ ਸਾਥ ਦੇ ਰਹੇ ਬਿਲਕੁਲ ਜੀ ਨਾਲ ਖੜੇ ਹਾਂ ਹੈ ਨਾ ਉਦੋਂ ਵੀ ਸਹੀ ਕੰਮਾਂ ਇਹ ਨਹੀਂ ਗਾ ਕਿ ਗਲਤ ਹੁੰਦੇ ਸੀ ਸਹੀ ਵੀ ਹੁੰਦੇ ਸੀਗੇ ਹੈ ਨਾ ਜੋ ਸੀ ਸਹੀ ਗਲਤ ਸਾਰਾ ਕੁਝ ਇਕੱਠਿਆ ਸੀ ਅਤੇ ਅੱਜ ਜੇ ਉਹਨਾਂ ਚੀਜ਼ਾਂ ਤੋਂ ਦੂਰ ਹੈ ਨਾ ਆਪਣੀ ਲਾਈਫ ਦੇ ਵਿੱਚ ਵਾਪਸੀ ਕੀਤੀ ਹੈ ਅਤੇ ਅੱਜ ਵੀ ਇਕੱਠੇ ਹਾਂ ਹੈ ਨਾ ਖੁਸ਼ੀ ਹੋ ਰਹੀ ਹੈ ਮੂਵੀ ਦੇਖ ਕੇ ਵੀ ਅਸੀਂ ਸਾਰੇ ਸੁਧਰ ਗਏ ਹਾਂ ਅਤੇ ਅੱਜ ਸਾਡੇ ਉੱਤੇ ਇੱਕ ਬਾਇਓਪਿਕ ਬਣੀ ਇੱਕ ਫਿਲਮ ਬਣੀ ਹੈ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਹੈ ਨਾ ਅਤੇ ਮਤਲਬ ਮੈਂ ਬਿਆਨ ਨਹੀਂ ਕਰ ਸਕਦਾ ਪਹਿਲਾਂ ਕਿ ਡਰ ਜਿਹਾ ਸੀਗਾ ਮਨ ਦੇ ਵਿੱਚ ਹੈ ਨਾ ਵੀ ਉਹ ਪਰਦੇ 'ਤੇ ਆਏਗੀ ਹੈ ਨਾ ਵੈਸੇ ਤਾਂ ਕਿਤਾਬ ਵੀ ਪੜ੍ਹ ਚੁੱਕੇ ਸੀ ਸਾਰੇ ਮੇਰੇ ਨੀਅਰ ਡੀਅਰਸ ਹੈ ਨਾ ਮੇਰੇ ਵਾਈਫ ਮੇਰੇ ਬੱਚੇ ਅਤੇ ਪਰ ਅੱਜ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਨਾ ਅਤੇ ਬਹੁਤ ਵੱਡਾ ਮੈਸੇਜ ਦਿੱਤਾ ਫਿਲਮ ਨੇ ਕਿ ਜੇ ਇਸ ਦਲਦਲ ਦੇ ਵਿੱਚ ਫਸਿਆ ਜਾ ਸਕਦਾ ਅਤੇ ਇਹ 'ਚੋਂ ਨਿਕਲਿਆ ਵੀ ਜਾ ਸਕਦਾ ਹੈ ਨਾ ਵੀ ਇਹ ਜਿਹੜੀ ਨਸ਼ਾ ਹੈ ਇਹ ਇੱਕ ਬਿਮਾਰੀ ਹੈ ਪਰ ਇਸਦਾ ਇਲਾਜ ਸੰਭਵ ਹੈ